ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਆਪਣੀ ਅੱਜ ਦੀ ਕਹਾਣੀ ਦਾ ਨਾਮ ਹੈ ਮੋਨਾ ਨੂੰ ਪਸੰਦ ਹੈ ਰੋਟੀ ਤੇ ਆਓ ਜਾਣੀਏ ਸਾਨੂੰ ਰੋਟੀ ਕਿਵੇਂ ਅਤੇ ਕਿੱਥੋਂ ਮਿਲਦੀ ਹੈ ਮੰਮੀ ਤੁਸੀਂ ਰੋਟੀ ਕਿਵੇਂ ਬਣਾਉਂਦੇ ਹੋ ਇਸ ਛੋਟੇ ਜਿਹੇ ਨਰਮ ਪੇੜੇ ਨਾਲ ਇਹ ਤੇੜਾ ਕਿਵੇਂ ਬੰਦਾ ਇਸ ਨਰ ਮਾਤੇ ਤੋਂ ਇਹ ਆਟਾ ਕਿੱਥੋਂ ਆਉਂਦਾ ਹੈ ਆਟਾ ਕਣਕ ਦੇ ਸੁਨਹਿਰੀ ਦਾਣਿਆਂ ਤੋਂ ਬਣਦਾ ਹੈ ਇਹ ਕਣਕ ਦੇ ਦਾਣੇ ਕਿੱਥੋਂ ਆਉਂਦੇ ਹਨ ਇਹਨਾਂ ਨੂੰ ਅਸੀਂ ਆਪਣੇ ਖੇਤਾਂ ਵਿੱਚ ਉਗਾਉਂਦੇ ਹਾਂ ਅਸੀਂ ਕਣਕ ਕਿਵੇਂ ਗੋਂਦੇ ਹਾਂ ਅਸੀਂ ਖੇਤ ਵਿੱਚ ਬੀਜ ਬੀਜਦੇ ਹਾਂ ਕਣਕ ਉਗਦੀ ਹੈ ਅਤੇ ਫਿਰ ਪੌਦੇ ਵੱਧਦੇ ਹਨ ਅਤੇ ਫਸਲ ਪੱਕਦੀ ਹੈ ਅਤੇ ਉਸ ਤੋਂ ਬਾਅਦ ਸਾਨੂੰ ਮਿਲਦੇ ਹਨ ਕਣਕ ਦੇ ਦਾਣੇ ਅਤੇ ਸਾਡੀ ਮੋਨਾ ਨੂੰ ਮਿਲਦੀ ਹੈ ਰੋਟੀ ਫੁੱਲੀ ਆਈ ਗਰਮਾ ਗਰਮ ਅਤੇ ਮਜ਼ੇਦਾਰ ਰੋਟੀ